ਪਹਿਲੋ ਤਾਂ ਮੈਂ ਵਧਾਈ ਦੇਣਾ ਹੈ ਕਿ ਗੁਰਦੀਪ ਰੰਧਾਵਾ ਨੂੰ ਚਲੋ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਵੱਲੋਂ ਅਸੀਂ ਪੂਰਾ ਟਕਾ ਕੇ ਮੁਕਾਬਲਾ ਦਵਾਂਗੇ ਤੇ ਇਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਵਾਂਗੇ ਕਿਉਂਕਿ ਆਪ ਦੀਆਂ ਜਿਹੜੀਆਂ ਸਰਕਾਰ ਜਦੋਂ ਬਣੀ ਸੀਗੀ ਬੜਾ ਲੋਕਾਂ ਨਾਲ ਝੂਠੇ ਲਾਰੇ ਕਰਕੇ ਲੋਕਾਂ ਨੂੰ ਬੜੇ ਵੱਡੇ ਵੱਡੇ ਸੁਪਨੇ ਦਿਖਾ ਕੇ ਇਹ ਸਰਕਾਰ ਹੋਣ ਦੇ ਵਿੱਚ ਆਈ ਸੀਗੀ ਤੇ ਅੱਜ 3 ਸਾਲ ਪੌਣੇ 3 ਸਾਲ ਦੇ ਕਰੀਬ ਹੋ ਗਏ ਆ ਲੋਕਾਂ ਦੇ ਸੁਪਨੇ ਚੱਕਣਾ ਚੂਰ ਹੋ ਗਿਆ ਮੈਂ ਆਪਣੇ ਹਲਕਾ ਡੇਰਾ ਬਾਬਾ ਨਾਨਕ ਦੀ ਗੱਲ ਕਰਾਂ ਤੇ ਬਹੁਤ ਕਾਨੂੰਨ ਦੀ ਵਿਵਸਥਾ ਦਾ ਬੜਾ ਮਾੜਾ ਹਾਲਾਤ ਹੈ ਕੋਈ ਰਾਤ ਨੂੰ ਬਾਹਰ ਨਹੀਂ ਨਿਕਲ ਸਕਦਾ ਘਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚ ਇੰਨੇ ਮਾੜੇ ਹਾਲਾਤ ਹੈ ਅੱਜ ਜੇ ਗੁਰਦੀਪ ਰੰਧਾਵਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਿਆ ਹੈ ਤੇ ਇੱਕ ਮੰਡੀ ਦੇ ਵਿੱਚ ਵੜ ਕੇ ਦਿਖਾ ਦੇ ਕਿਸੇ ਨੂੰ ਕਿਸੇ ਮੰਡੀ ਦੇ ਵਿੱਚ ਜੱਟ ਕਿਸਾਨ ਰੋਲ ਰਿਹਾ ਹੈ ਹਜੇ ਤੱਕ ਫਸਲ ਪੈਲੀਆਂ ਦੇ ਵਿੱਚ ਖੜੀ ਹੈ ਉਹ ਵਡਾਉਣ ਦੇ ਲਾਇਕ ਨਹੀਂਗੇ ਬਣੇ ਕਿ ਕਿੱਥੇ ਜਾ ਕੇ ਸੁੱਟਣੀ ਹੈ ਇਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਹ ਇਲੈਕਸ਼ਨ ਲੜਾਂਗੇ ਤੇ ਆਮ ਆਦਮੀ ਪਾਰਟੀ ਜਿਹੜੀ ਦਾਅਵੇ ਕਰਦੀ ਸੀ ਝੂਠ ਦੇ ਉਹਰਾ ਪਰਦਾ ਫਾਸ਼ ਕਰ ਦੇਖੋ ਦਾਵਾ ਪੇਸ਼ ਕਰਨਾ ਹਰ ਇੱਕ ਬੰਦੇ ਦਾ ਹੱਕ ਹੁੰਦਾ ਏ ਅਸੀਂ ਜੇ ਮੈਂ ਆਪਣੀ ਗੱਲ ਕਰਾਂ ਮੈਂ 2007 ਦਾ ਅਕਾਲੀ ਦਲ ਦੇ ਵਿੱਚ ਚੱਲਿਆ ਹੋਇਆ ਮੇਰਾ ਪਰਿਵਾਰ ਤਾਂ ਚਲੋ ਮੇਰੇ ਪਿਤਾ ਜੀ ਪੁਰਾਣੇ ਹੈਗੇ ਸਾਡੇ ਦਾਦੇ ਬਾਬੇ ਅਕਾਲੀ ਦਲ ਚ ਰਹੇ ਆ ਲੇਕਿਨ ਕਰੀਬ 7 ਤੋਂ ਲੈ ਕੇ 18 ਸਾਲ ਦੇ ਕਰੀਬ ਹੋ ਗਏ ਮੈਨੂੰ ਆਪ ਸ਼੍ਰੋਮਣੀ ਅਕਾਲੀ ਦਲ ਚ ਵਰਕ ਕਰਦੇ ਹੋਏ ਹੁਣ ਤੁਸੀਂ ਉਮੀਦਵਾਰ ਅਨਾਉਂਸ ਕਰਤਾ ਆਪਣੇ ਆਪ ਨੂੰ ਹਾਂ ਬਿਲਕੁਲ ਮੈਂ ਦਾਵੇਦਾਰ ਹਾਂ ਪਾਰਟੀ ਨੇ ਮੈਨੂੰ ਥਾਪੜਾ ਦਿੱਤਾ ਏ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਤੇ ਅਕਾਲੀ ਦਲ ਨੂੰ ਦੁਬਾਰਾ ਇਸ ਹਲਕੇ ਤੋਂ ਤਗੜਾ ਕਰਾਂਗੇ ਹਲਕੇ ਦੇ ਲੋਕਾਂ ਨੇ ਦੋਵਾਂ ਦਾ ਰਾਜ ਵੇਖ ਲਿਆ ਹੈ ਅਸਲ ਵਿੱਚ ਤਿੰਨਾਂ ਦਾ ਹੀ ਵੇਖਿਆ ਹੈ ਪਹਿਲੋ 2012 ਤੋਂ 17 ਤੱਕ ਸਾਡੇ ਵੀ ਰਾਜ ਚ ਲੋਕ ਰਹੇ ਨੇ 17 ਤੋਂ 22 ਤੱਕ ਕਾਂਗਰਸ ਦੇ ਰਾਜ ਚ ਰਹੇ ਨੇ ਤੇ 22 ਤੋਂ ਲੈ ਕੇ ਹੁਣ 24 ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਰਾਜ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਅਕਾਲੀ ਦਲ ਨੇ ਇਸ ਹਲਕੇ ਦੇ ਵਿੱਚ ਕੀ ਕਰਾਇਆ ਸੀ ਜੇ ਮੈਂ ਮੋٹے ਮੋٹے ਕੰਮ ਹੀ ਗਿਣਾ ਕਲਾਨੌਰ ਨੂੰ ਸਬਡਿਵੀਜ਼ਨ ਬਣਾਉਣਾ ਅਕਾਲੀ ਦਲ ਦੀ ਪ੍ਰਾਪਤੀ ਕਲਾਨੌਰ ਦੇ ਵਿੱਚ ਆਈਟੀਆ ਕਾਲਜ ਲੈ ਕੇ ਆਉਣਾ ਅਕਾਲੀ ਦਲ ਦੀ ਪ੍ਰਾਪਤੀ ਕਲਾਨੌਰ ਦੇ ਵਿੱਚ ਜੋ ਸ਼ਹਿਰ ਦੇ ਵਿੱਚ ਚਲਜੋ ਕੋਈ ਗਲੀ ਤੁਹਾਨੂੰ ਕੱਚੀ ਨਹੀਂ ਮਿਲੂਗੀ ਐਡਾ ਵੱਡਾ ਕਸਬਾ ਹੈ ਉਹ ਅਕਾਲੀ ਦਲ ਦੀ ਪ੍ਰਾਪਤੀ ਹਲਕੇ ਦੇ ਵਿੱਚ ਸੜਕਾਂ ਬਣੀਆਂ بڑے ਪ੍ਰੋਜੈਕਟ ਆਏ ਪਿਛਲੇ 3 ਸਾਲ ਤੋਂ ਕੋਈ ਹਲਕੇ ਦੇ ਵਿੱਚ ਇੱਕ ਜਗ੍ਹਾ ਤੇ ਵੀ ਕਿਤੇ ਲੁੱਕ ਦਾ ਵੀ ਇੱਕ ਦਾਣਾ ਨਹੀਂ ਪਿਆ ਮੈਂ ਸਾਰੇ ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੂੰ ਇਹ ਅਪੀਲ ਕਰਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਸਾਡੀ ਜਥੇਬੰਦੀ ਹੈ ਜਿਹੜੀ ਸਾਡੇ ਬਜ਼ੁਰਗਾਂ ਨੇ ਆਪਣੇ ਸਿੱਖ ਪਾਈਚਾਰੇ ਵਾਸਤੇ ਬਣਾਈ ਸਗੀ ਸਾਡੀਆਂ ਮੰਗਾਂ ਨੂੰ ਸਾਡੀਆਂ ਜੋ ਪ੍ਰੋਬਲਮਾਂ ਨੇ ਉਹਰੇ ਹੱਲ ਕਰਨ ਵਾਸਤੇ ਤੇ ਆਓ ਸਾਰੇ ਜਣੇ ਆਪਾਂ ਇਕੱਠੇ ਹੋਈਏ ਤੇ ਆਪਣੀ ਇਸ ਪੁਰਾਣੀ ਬਜ਼ੁਰਗਾਂ ਦੀ ਜਥੇਬੰਦੀ ਨੂੰ ਤਗੜਾ ਕਰਕੇ ਤੇ ਪੰਜਾਬ ਦੇ ਵਿੱਚ ਦੁਬਾਰਾ ਅਕਾਲੀ ਦਲ ਦਾ ਰਾਜ ਲਿਆਈਏ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਆਪਣੇ ਬਜ਼ੁਰਗਾਂ ਨੂੰ ਇਹੋ ਹੀ ਅਪੀਲ ਕਰਦਾ ਕਿ ਇੱਕ ਸ਼ਰੋਮਣੀ ਅਕਾਲੀ ਦਲ ਦਾ ਸਾਥ ਦੋ ਤਗੜੇ ਹੋ ਕੇ